ਅਸੀਂ ਜਨਾਬ ਦੁਬਾਰਾ ਤੁਹਾਡੇ ਨਾਲ ਜੁੜ ਚੁੱਕੇ ਆ ਤੇ ਮਲਕ ਹਵਾਇਸ ਸਾਡੇ ਨਾਲ ਆ ਚੁੱਕੇ ਆ ਜਨਾਬ ਤੇ ਹੁਣ ਅਸੀਂ ਜਨਾਬ ਛੋਟਾ ਜਿਹਾ ਇੱਕ ਇੰਟਰਵਿਊ ਉਹਨਾਂ ਨਾਲ ਵੀ ਕਰਾਂਗੇ ਤੇ ਤੁਹਾਨੂੰ ਉਹਨਾਂ ਨਾਲ ਵੀ ਗੱਲਬਾਤ ਕਰਕੇ ਦਿਖਾਵਾਂਗੇ ਕਬੱਡੀ ਦੇ ਬਹੁਤ ਹੀ ਅੱਛੇ ਜਾਫੀ ਆਰ ਯੰਗ ਸਟਾਰ ਹੈਗੇ ਤੇ ਇਹਨਾਂ ਨੂੰ ਪੁੱਛਾਂਗੇ ਇਹਨਾਂ ਦਾ ਉਸਤਾਦ ਕਿਹੜਾ ਵਾ ਤੇ ਇਹ ਕਿੰਨੀ ਕਿ ਤਿਆਰੀ ਲਾਂਦੇ ਆ ਤੇ ਇਸ ਲੈਵਲ ਤੇ ਪਹੁੰਚਣ ਵਾਸਤੇ ਇਹਨਾਂ ਨੇ ਕੀ ਕੀ ਮਿਹਨਤਾਂ ਕੀਤੀਆਂ ਨੇ ਕੀ ਕੀ ਇਹਨਾਂ ਨੂੰ ਮੁਸ਼ਕਲਾਂ ਆਈਆਂ ਨੇ ਹਾਂਜੀ ਜਨਾਬ ਮਲਕ ਸਾਹਿਬ ਤੁਸੀਂ ਕਬੱਡੀ ਚਾੜ ਦੇ ਪਹਿਲੇ ਤੁਹਾਡੇ ਕਿਸ ਤਰ੍ਹਾਂ ਸੀਗਾ ਤੁਸੀਂ ਕਿਸ ਤਰ੍ਹਾਂ ਸੀ ਤੇ ਹੁਣ ਤੁਹਾਡੇ ਕਿਸ ਤਰ੍ਹਾਂ ਜ਼ਿਆਦਾ ਹੈ ਅਸਲਾਮੁਅਲੈਕਮ ਜੀ ਵਾਲੇਕਮ ਅਸਲਾਮ ਕਬੱਡੀ ਨਾ ਭਾਜੀ ਇਦਾਂ ਹੀ ਆ ਬਸ ਕੇ ਨਿੱਕੇ ਹੁੰਦੇ ਲੱਗੇ ਸੀਗੇ ਉਸਤਾਦ ਹੁਣੇ ਖੇਡਦੇ ਹੁੰਦੇ ਸੀਗੇ ਪਿੰਡ ਗਰਾਊਂਡ ਦੇ ਵਿੱਚ 208 ਚੱਕ ਤੇ ਅਸੀਂ ਮਾੜਾ ਮੋਟਾ ਇਦਾਂ ਹੀ ਗਰਮੀਆਂ ਹੋਣੀਆਂ ਕੱਚੇ ਦਾ ਆ ਕੇ ਜਿੱਦਾਂ ਨਿਆਣੇ ਚੱਲ ਜਾਂਦੇ ਆ ਚੱਲ ਜਾਣਾ ਖੇਡਣ ਲੱਪੈਣਾ ਮਾੜਾ ਚੰਗਾ ਖੇਡਦੇ ਉੱਥੇ ਤੇ ਉਹਨਾਂ ਨੇ ਕਹਿਣ ਲੱਗਾ ਆਪਣਾ 2-4 ਮਹੀਨੇ ਨੰਗੇ 6 ਗੱਤੇ ਕਹਿੰਦੇ ਵੀ ਯਾਨੀ ਉਸਤਾਦ ਕਹਿਣ ਲੱਗਾ ਪਿਆ ਤਾਂ ਸ਼ਾਗਿਰਦ ਪਾਉਣਾ ਵਾ ਤੇ ਤੁਹਾਡੇ ਉਸਤਾਦ ਦਾ ਨਾਂ ਕੀ ਉਸਤਾਦ ਮੇਰਾ 208 ਚੱਕ ਤੋਂ ਰਾਣਾ ਜਮਾਨ ਬਹੁਤ ਵਧੀਆ ਇਨਸਾਨ ਬਹੁਤ ਵਧੀਆ ਵਾ ਪਲੇਅਰ ਹੁਣਾਂ ਉਹਨੇ ਆਪਾਂ ਨੂੰ ਇੱਕੋ ਗੱਲ ਸਮਝਾਈ ਪਲੇਅਰ ਹੁਣਾਂ ਕੋਈ ਵੱਡੀ ਗੱਲ ਨਹੀਂ ਇਨਸਾਨ ਹੁਣਾਂ ਵੱਡੀ ਗੱਲ ਆ ਬਹੁਤ ਵਧੀਆ ਇਨਸਾਨ ਜਿੱਥੇ ਚੰਗੇ ਮਾਰੇ ਟਾਈਮ ਤੇ ਆਪਣੇ ਨਾਲ ਖੜਾ ਹੋਇਆ ਉਹ ਤੇ ਬਹੁਤ ਆਪਣੀ ਸਪੋਰਟ ਕੀਤੀ ਉਹਨੇ ਤੇ ਇੱਕ ਕਬੱਡੀ ਦੇ ਵਿੱਚ ਤੁਹਾਨੂੰ ਕਿੰਨੇ ਸਾਲ ਹੋ ਗਏ ਆ ਤੇ ਤੁਸੀਂ ਇਹ ਮਤਲਬ ਕਿੰਨੀ ਮਿਹਨਤ ਕਰਦੇ ਹੋ ਖੁਰਾਕ ਕੀ ਖਾਂਦੇ ਹੋ ਇਹਦਾ ਵੀ ਸਾਨੂੰ ਅੱਜ ਦੱਸੋ ਖੇਡਦਿਆਂ ਨੂੰ ਭਾਈ ਕੋਈ 2-3 ਸਾਲ ਹੋ ਗਏ ਆ ਤੇ ਥੋੜੀ ਛਾਟ ਜੀ ਲੱਗੀ ਫੇਰ ਕਰਕੇ ਗੋਡੇ ਦੀ ਤੋਂ ਥੋੜਾ ਪਿਛੇ ਹੋ ਗਏ ਤੇ ਬਾਕੀ ਉਹਨਾਂ ਅੱਲਾ ਖੈਰ ਕਰੇ ਦੁਬਾਰਾ ਸੈੱਟ ਹੋਏ ਆ ਤੇ ਖੇਡਾਂਗੇ 2-3 ਮਹੀਨੇ ਤੱਕ ਹੋਰ ਤੇ ਬਾਕੀ ਖੁਰਾਕ ਰੋਕ ਭਾਈ ਇਦਾਂ ਹੀ ਆ ਜਿਹੜੇ ਕਿ ਸ਼ਾਇਦ ਲੱਭੇ ਖਾਲੀ ਦੀ ਆ ਰੋਟੀ ਪਾਣੀ ਖਾਲੀ ਦਾ ਦੁੱਧ ਦੁੱਧ ਪੀ ਲਈਦਾ ਵਾ ਬਾਕੀ ਜਿਹੜੀ ਕੋਈ ਸ਼ਾਲਬੇ ਕੋਈ ਗੋਸਤ ਕੋਸਤ ਲੱਭੇ ਜਿਹੜੀ ਸ਼ਾਲਬੇ ਖਾਲੀ ਦਾ ਜਿਹੜੀ ਵੀ ਲੱਭੇ ਮਾੜੀ ਚੰਗੀ ਖਾ ਕੇ ਬਿਸਮਿਲਲਾ ਤੇ ਪਿੰਡ ਲੈਵਲ ਤੇ ਤੁਸੀਂ ਕਿੰਨੇ ਕੁ ਟੂਰਨਾਮੈਂਟ ਖੇਡੇ ਆ ਤੇ ਮਤਲਬ ਕਿ ਤੁਸੀਂ ਕੀ ਕੀ ਉਥੋਂ ਇਨਾਮਾਤ ਹਾਸਲ ਹੋਂ ਤੱਕ ਕੀਤੇ ਆ ਮੈਚ ਭਾਜੀ ਬਹੁਤ ਖੇਡੇ ਆ ਕਈਆਂ ਜਗ੍ਹਾ ਤੇ ਖੇਡੇ ਆ ਹੁਣ ਜੜਾ ਵਾਲੇ ਗੋਇਦੇ ਗੂਰੇ ਤਾਂ ਕਈਆਂ ਜਗ੍ਹਾ ਤੇ ਮੈਚ ਖੇਡੇ ਆ ਤੇ ਮੈਚ ਕੋਈ ਇੱਧਰ ਗਏ ਫਿਰ ਜੜਾ ਵਾਲੇ ਮੰਡੀ ਬਚਿਆਣੇ ਮੁੰਡੇ ਦੇ ਨਾਲ ਗਿਆ ਸੀਗਾ ਉਹਨੇ ਵੀਡੀਓ ਬਣਾਉਣੀ ਸੀ ਤੇ ਮੈਂ ਵੈਸੇ ਗਿਆ ਮੈਂ ਬਿਮਾਰ ਸੀਗਾ ਉਹ ਤਾਂ 5-7 ਦਿਨ ਹੋ ਗਏ ਜਰਕਾਨ ਪਕੜਾਇਆ ਹੋਇਆ ਸੀਗਾ ਉਦੋਂ ਹੀ ਮੈਂ ਗਿਆ ਤੇ ਉੱਥੇ ਮੁੰਡਾ ਵਾਕਫ ਨਿਕਲਿਆ ਇੱਕ ਤੇ ਉਹ ਕਹਿੰਦਾ ਕੱਚਾ ਪਾ ਸਾਡੇ ਵੱਲੋਂ ਮੈਂ ਕਹਿੰਦਾ ਨਹੀਂ ਮੈਂ ਬਿਮਾਰ ਆ ਉਹਨੇ ਕਿਸੇ ਦਾ ਕੱਚਾ ਪਵਾਤਾ ਮੈਨੂੰ ਤੇ ਮੈਨੂੰ ਖਲਾੜਤਾ ਵਿੱਚ ਮੈਂ ਹੀ ਬਰਾਬਰ ਹੋ ਗਿਆ ਐਂਡ ਤੇ 22 ਨੰਬਰ ਤੇ ਆਖਰੀ ਕੋਡੀ ਸੀਗੀ ਤੇ ਮੈਂ ਐਂਡ ਤੇ ਜਫਾ ਮਾਰ ਗਿਆ ਤੇ ਕੋਈ ਆਰਮੀ ਦਾ ਫਾਈਵ ਹੀ ਮੁੰਡਾ ਕੋਈ 70-75 ਕਿਲੋ weight ਵਾਲਾ ਯੋ ਜਾਨੀ ਪਹਿਲਾ ਮੈਚ ਉਹ ਸਭ ਤੋਂ ਯਾਦਗਾਰੀ ਵੀ ਜਾਨੀ ਉੱਚ 10 15000 ਰੁਪਿਆ ਵੀ ਆਪਾਂ ਨੇ ਲੱਭਿਆ ਆਸੇ ਪਾਸ ਮੈਚ ਦੇ ਵਿੱਚ ਬਹੁਤ ਜਾਨੀ ਉਹ ਮੈਚ ਚੰਗਾ ਬੁਕਾਇਆ ਮੈਚ ਕਈਆਂ ਜਗ੍ਹਾ ਤੇ ਖੇਡੇ ਅੱਛਾ ਤੁਸੀਂ ਇਹ ਵੀ ਦੱਸੋ ਕਿ ਜਨਾਬ ਤੁਹਾਡਾ ਫੇਵਰਟ ਪਲੇਅਰ ਕਿਹੜਾ ਵਾ ਪਾਕਿਸਤਾਨ ਚੋਂ ਵਾ ਜਾਂ ਤੁਹਾਡਾ ਉਹ ਇੰਡੀਆ ਚੋਂ ਵਾ ਉਹ ਵੀ ਸਾਨੂੰ ਜ਼ਰੂਰ ਦੱਸੋ ਫੇਵਰਟ ਆਪਣਾ ਜਾਫੀ ਪਾਕਿਸਤਾਨ ਚੋਂ ਮਲਕ ਰਾਸ਼ਦ ਸਹੀ ਹੈ ਤੇ ਸਾਈ ਜਿਹੜਾ ਵੀ ਅੱਲਾਹ ਪਾਕ ਜਾਨਦਾ ਜਗਾ ਦਵੇ ਮੁਜ਼ਮਲ ਬੂਟਾ ਅੱਛਾ ਅੱਛਾ ਸਹੀ ਤੇ ਇੰਡੀਆ ਦੇ ਵਿੱਚ ਸੁਲਤਾਨ ਤੇ ਜੱਗੂ ਤੇ ਹੁਣ ਅਸੀਂ ਜਨਾਬ ਆਉਣ ਵਾਲੇ ਸਮਿਆਂ 'ਚ ਦੇਖਾਂਗੇ ਕਿ ਮਲਕ ਹਵੇਸ ਜਿਹੜੇ ਆ ਇਸ ਟਾਈਮ ਯੰਗ ਯੰਗ ਸਟਾਰ ਕਬੱਡੀ ਪਲੇਅਰ ਆ ਪਿੰਡ ਲੈਵਲ ਤੇ ਜਨਾਬ ਉਹਨਾਂ ਨੇ ਧਮ ਮਚਾਈ ਹੋਈ ਐ ਇਸ ਟਾਈਮ ਪੂਰੀ ਐ ਮੈਂ ਕੰਨਾ ਪੀਕ ਤੇ ਹੈ ਗਿਆ ਤੇ ਇਸ ਟਾਈਮ ਇਹ ਫੁੱਲ ਅਰੂਝ ਤੇ ਆ ਤੇ 65 ਕਿਲੋ ਦਾ ਜਿਹੜਾ ਟਰਨਮੈਂਟ ਹੁੰਦਾ ਉਹਦੇ ਵਿੱਚ ਤੇ ਜਨਾਬ ਇਹ ਬਿਲਕੁਲ ਤਬਾਈ ਦਾ ਪਲੇਅਰ ਆ ਇਹਦੇ ਓਪਨ ਵੀ ਜਿਹੜਾ ਵਾ ਓਪਨ ਵੀ ਜਨਾਬ ਬਹੁਤ ਅੱਛਾ ਵਾ ਤੇ ਠੀਕ ਆ ਤੇ ਅਗਰ ਕਿਸੇ ਪਰਾ ਕਿਸੇ ਬੇਲੇ ਨੂੰ ਲੋਡ ਹੋਵੇ ਤੇ ਇਹਦਾ ਨੰਬਰ ਅਸੀਂ ਥੱਲੇ ਦੇ ਦਾਂਗੇ ਤੁਸੀਂ ਇਹਨਾਂ ਨਾਲ ਰਾਬਤਾ ਕਰਕੇ ਬੁਲਾ ਸਕਦੇ ਹੋ ਐਸਾ ਕੋਈ ਮਸਲਾ ਨਹੀਂ ਤੇ ਜਨਾਬ ਤੁਸੀਂ ਇਹ ਵੀ ਦੱਸਣਾ ਮਜ਼ਰੂਰ ਕਿ ਤੁਸੀਂ ਕਿੰਨੇ ਟਾਈਮ ਤਿਆਰੀ ਲਾਉਂਦੇ ਹੋ ਕਿੰਨੇ ਕੈਂਟਲ ਤਿਆਰੀ ਸਵੇਰ ਨੂੰ ਕਲਾ ਲਈ ਦੀ ਧੋਲਣ ਜਾਈਦਾ ਨਹਿਰ ਤੱਕ ਕੋਈ 4-5 ਕਿਲੋਮੀਟਰ ਬਸ ਮੁੜ ਕੇ ਆ ਜਾਈਦਾ ਮੁੜ ਕੇ ਨਹੀਂ ਸ਼ਾਉ ਨੂੰ ਬਕਾਇਆ ਗਰਾਊਂਡ ਦੇ ਵਿੱਚ ਹੀ ਆ ਮਾੜੀ ਮੋਟੀ ਗਰਾਊਂਡ ਜੇ ਮੈਂ ਅਲੱਗ ਇਕੱਲੇ ਹੀ ਕਰਦਾ ਤਿਆਰੀ ਉੱਤੇ ਵੀ ਇਹ ਬੇਹਲੀ ਦੇ ਪਿਛਲੇ ਸਾਈਡ ਤੇ ਫੜਕਾ ਦਵਾ ਕੱਚੀ ਉੱਥੇ ਡੰਡੋਂ ਡੰਡ ਮਾਲੇ ਦੇ ਕੋ ਛੂਟਾ ਮਾਲੇ ਦੀਆਂ ਕੋ ਘੰਟਾ ਕੀ ਸ਼ਾਮ ਨੂੰ ਗੱਲ ਹੈਗੀ ਕਰਦੇ ਆ ਕੱਲਿਆਂ ਹੀ ਕਰਦੇ ਆ ਤਿਆਰੀ ਵਾਸਤੇ ਤੇ ਇਹ ਵੀ ਮੈਨੂੰ ਜ਼ਰੂਰ ਦੱਸੋ ਕਿ ਤੁਹਾਡਾ ਕਬੱਡੀ ਦੇ ਵਿੱਚ ਸਭ ਤੋਂ ਗੂੜਾ ਸਭ ਤੋਂ ਅੱਛਾ ਦੋਸਤ ਜਿਹੜਾ ਤੁਹਾਡਾ ਲੰਗੋਟਿਆ ਯਾਰ ਹੋਵੇ ਕਬੱਡੀ 'ਚ ਮੈਂ ਵੇਖਿਆ ਵਾ ਕਿ ਹਮੇਸ਼ਾ ਕੋਈ ਨਾ ਕੋਈ ਨਾ ਇੱਕ ਦੂਸਰੇ ਦਾ ਯਾਰ ਬੈਲੀ ਹੁੰਦਾ ਵਾ ਸੱਜਣ ਹੁੰਦਾ ਵਾ ਜਿਹੜਾ ਕਿ ਇੱਕ ਦੂਵੇ ਨੂੰ ਲੈ ਕੇ ਚੱਲਦਾ ਵਾ ਤੇ ਤੁਸੀਂ ਕਿਨੂੰ ਸਭ ਤੋਂ ਜ਼ਿਆਦਾ ਤੁਹਾਨੂੰ ਚੰਗਾ ਲੱਗਦਾ ਔਰ ਜਿੰਨੂੰ ਤੁਸੀਂ ਅੱਛਾ ਸਮਝਦੇ ਹੋ ਸਭ ਤੋਂ ਜ਼ਿਆਦਾ ਆਪਣਾ ਭਰਾਵਾ ਮੁੰਡਾ ਇੱਕ ਮੀਆਂ ਐਸਨ ਗੋਇਦੇ ਦਾ ਅੱਛਾ ਉਹਦੀ ਆਪਾਂ ਨੂੰ ਬਹੁਤ ਸਪੋਰਟ ਆ ਤੇ ਬਹੁਤ ਵਧੀਆ ਇਨਸਾਨ ਆ ਉਹ ਪਲੇਅਰ ਵੀ ਆ ਆ ਵੀ ਉਹ ਖੇਡਦਾ ਮੁੰਡਾ 70 72 ਕਿਲੋ ਦਾ weight ਆ ਤੇ ਉਹਦੀ ਆਪਾਂ ਨੂੰ ਬਹੁਤ ਸਪੋਰਟ ਆ ਜਿੱਥੇ ਕੋਈ ਸ਼ਾਇਦ ਹੀ ਜਾਂ ਕੋਈ ਪੈਸੇ ਦੀ ਲੋੜ ਨਹੀਂ ਕਹਿੰਦੇ ਹੁਣੀ ਚਾਹੀਦੀ ਵੀ ਹੌਂਸਲਾ ਵੀ ਬਹੁਤ ਹੁੰਦਾ ਕਿਸੇ ਨੂੰ ਤੇ ਉਹਦੀ ਆਪਾਂ ਨੂੰ ਬਹੁਤ ਸਪੋਰਟ ਔਰ ਮਲਕ ਬਾਸ ਹੁਣੀ ਆ ਇਹਨਾਂ ਦੀ ਵੀ ਆਪਾਂ ਨੂੰ ਬਹੁਤ ਸਪੋਰਟ ਠੀਕ ਆ ਚਲੋ ਜੀ ਦੇਖ ਸਕਦੇ ਹੋ ਕਿ ਇਹ ਜਨਾਬ ਕਬੱਡੀ ਦੇ ਦੋ ਯੰਗ ਸਟਾਰ ਤੁਹਾਨੂੰ ਮਿਲਾਏ ਆ ਤੇ ਇਹਨਾਂ ਦੇ ਨਾਲ ਜਨਾਬ ਤੁਹਾਨੂੰ ਅੱਜ ਮੁਲਾਕਾਤ ਕਰਾਈ ਆ ਤੇ ਹੁਣ ਜਨਾਬ ਅੱਗੋਂ ਅਸੀਂ ਨੈਕਸਟ ਮਿਲਾਂਗੇ ਕਿਸੇ ਹੋਰ ਖਿਡਾਰੀ ਦੇ ਨਾਲ ਵੱਡੇ ਇੰਟਰਨੈਸ਼ਨਲ ਖਿਡਾਰੀ ਦੇ ਨਾਲ ਤੇ ਇਸ ਦੇ ਨਾਲ ਹੀ ਜਨਾਬ ਅਲਾ ਹਫੀਜ਼ ਹੁਣ ਤੁਹਾਡੇ ਨਾਲ ਅਸੀਂ ਇੱਕ ਗੱਲ ਹੋਰ ਪੁੱਛਣੀ ਆ ਮਲਕ ਅਵੈਸ ਕੋਲੋਂ ਕਿ ਇਹ ਨਾ ਮਲਕ ਅਵੈਸ ਤੇ ਮਲਕ ਅਬਾਸ ਇਹ ਬੜੇ ਯਾਰ ਆ ਯਾਰਾਂ ਦੇ ਯਾਰ ਜਿਨ੍ਹਾਂ ਨੂੰ ਕਹਿੰਦੇ ਆ ਠੀਕ ਆ ਤੇ ਦੋਸਤ ਬੜੇ ਗੂੜੇ ਦੋਸਤ ਆ ਗੂੜੇ ਮਿੱਤਰ ਆ ਠੀਕ ਆ ਤੇ ਇਹ ਜਿਹੜੇ ਮਲਕ ਅਬਾਸ ਸਾਹਿਬ ਨੇ ਇਹ ਬੜੇ ਵਧੀਆ ਇਨਸਾਨ ਆ ਤੇ ਇਹਨਾਂ ਕੋਲੋਂ ਪੁੱਛਾਂਗੇ ਵੀ ਇਹਨਾਂ ਦੇ ਨਾਲ ਤੁਹਾਡੀ ਦੋਸਤੀ ਕਿੱਦਾਂ ਦੀ ਆ ਤੇ ਕੀ ਹਿਸਾਬ ਕਿਤਾਬ ਹਾਂਜੀ ਭਾਜੀ ਆਪਣੀ ਬਰਾਦਰੀ ਵੀ ਆ ਭਰਾ ਵੀ ਆਪਣਾ ਯਾਰ ਵੀ ਆ ਸਾਰਾ ਕੁਝ ਹੀ ਆ ਭਾਈ ਚੰਗੇ ਮਾੜੇ ਟਾਈਮ ਤੇ ਸਾਡੇ ਨਾਲ ਜੁੜਦਾ ਵਾ ਮਲਕ ਵੈਸ 208 ਦੇ ਤੋਂ ਵਧੀਆ ਇਨਸਾਨ ਆ ਭਰਾ ਵਾ ਆਪਣਾ ਜਿੱਥੇ ਕਿਤੇ ਵੀ ਹੋਵੇ ਸਾਨੂੰ ਜ਼ਰੂਰ ਕੋਈ ਮਾੜਾ ਸਮਾਹ ਹੋਵੇ ਤਾਂ ਸਾਨਾ ਜ਼ਰੂਰ ਜੁੜਦਾ ਵਾ ਭਰਾ ਵਾ ਸਾਨਾ ਵਧੀਆ ਇਨਸਾਨ ਵੀ ਵਧੀਆ ਵਾ ਇਨਸਾਨ ਹੋਣਾ ਜਿਹੜਾ ਉਹ ਵਧੀਆ ਕਬੱਡੀ ਜਿਹੜੀ ਆ 2-4 ਮਹੀਨੇ ਸਾਲ ਨਹੀਂ 15-20 ਸਾਲ ਹੋਊਗੀ ਜਿਹੜਾ ਇਨਸਾਨ ਹੋਣਾ ਵਧੀਆ ਨਾ ਸਭ ਤੋਂ ਵੱਡੀ ਗੱਲ ਆ ਬਾਜੀ ਇਨਸਾਨ ਹੋਣਾ ਵਧੀਆ ਵਾ ਤੇ ਰੱਬ ਇਹਨੂੰ ਜ਼ਿੰਦਗੀ ਦੇਵੇ ਸਾਡਾ ਬਹੁਤ ਵਧੀਆ ਜਾਫੀ ਆ ਆਉਣ ਵਾਲੇ ਵਕਤ ਦਾ ਸਟਾਰ ਹੋਊਗਾ ਤੇ ਇਨਸ਼ਾਅੱਲਾ ਅੱਛਾ ਭਾਜੀ ਮੈਂ ਤੁਹਾਨੂੰ ਇਹ ਗੱਲ ਹੋਰ ਪੁੱਛਣੀ ਸੀ ਵੀ ਤੁਸੀਂ ਆਪਣੀ ਜ਼ਿੰਦਗੀ 'ਚ ਤੁਹਾਨੂੰ ਕਿੰਨੀ ਦੇਰ ਹੋ ਗਈ ਹੈ ਕਬੱਡੀ ਖੇਡਦਿਆਂ ਤੇ ਕਦੋਂ ਸ਼ੁਰੂ ਕੀਤੀ ਸੀ ਤੇ ਤੁਸੀਂ ਕਿਹੜੇ ਕਿਹੜੇ ਪਲੇਅਰ ਦੇ ਨਾਲ ਵੱਡੇ ਸਟਾਰ ਨਾਲ ਖੇਡੇ ਹੋ ਇੰਟਰਨੈਸ਼ਨਲ ਦੇ ਨਾਲ ਮੈਚ ਭਾਜੀ ਕਾਫੀ ਖੇਡੇ ਆਪਾਂ ਕੋਈ ਨਹੀਂ ਹੁਣ ਇੰਨਾ ਪਤਾ ਇਨੇ ਇਲਾਕਿਆਂ ਚ ਗਏ ਆ ਮਾਸ਼ੱਲਾ ਖੇਡਣ ਕੋਈ ਸਤਿਆਣ ਕੋਈ ਮਹੰਗਰੇ ਉਰਾ ਪਰਾਂ ਪਾਜੀ ਬੇਵਾਂ ਇਲਾਕਿਆਂ ਚ ਗਏ ਆ ਆਪਾਂ ਇੱਧਰ ਵੀ ਸ਼ਾਹਕੋਟ ਏਰੀਆ ਲਸਮੁੰਦਰੀ ਆ ਲਟੋਬੀ ਆ ਲਗੋਜਰੀ ਆ ਲਕਮਾਲੀ ਤੱਕ ਵੀ ਗਏ ਪਾਜੀ ਹਰ ਪਾਸੇ ਗਏ ਆ ਪਾਜੀ ਹੁਣ ਕੋਈ ਯਾਦ ਨਹੀਂ ਖੇਡਣ ਨੂੰ ਤੇ ਆਪਾਂ ਨੂੰ ਹੋ ਗਿਆ ਕੋਈ ਲਾਲੋ ਕੇ 10 ਸਾਲ 12 ਸਾਲ ਹੋ ਗਿਆ ਪਰ ਅਸੀਂ ਆਪਣੇ ਆਲ ਧਿਆਨ ਘਟ ਦਿੱਤਾ ਵਾ ਅਸੀਂ ਆਪਣੇ ਯਾਰਾਂ ਦੋਸਤਾਂ ਪਲੇਅਰਾਂ ਆਲ ਬਹੁਤਾ ਸਾਥ ਦਿੱਤਾ ਕਿ ਯਾਰ ਚਲੋ ਅਸੀਂ ਤੇ ਨਹੀਂ ਕੋਈ ਬਣ ਸਕੇ ਇਹ ਬਣ ਕੇ ਆਪਣੇ ਹੁਣ ਇਨਸ਼ਾਅੱਲਾ ਟੀਮ ਖੜੀ ਦੀ ਆ ਖੇਲਦੇ ਆ ਮੁੰਡੇ ਔਰ ਵਧੀਆ ਜੁੜਦੀ ਟੀਮ ਤੇ ਲੈ ਕੇ ਜਾਈ ਦੀ ਜਿੱਥੇ ਕਿਤੇ ਵੀ ਹੋਵੇ ਬਿਲਕੁਲ ਜੀ ਤੁਸੀਂ ਇਹਨਾਂ ਦੀਆਂ ਗੱਲਾਂ ਸੁਣੀਆਂ ਬੜੀਆਂ ਵਧੀਆ ਬੜੀਆਂ ਪਿਆਰੀਆਂ ਔਰ ਬੜੀਆਂ ਸੋਹਣੀਆਂ ਵਾਂ ਤੇ ਇਹਨਾਂ ਨੇ ਪਿੰਡ ਲੈਵਲ ਤੇ ਜਨਾਬ ਫੁੱਲ ਧਮਚਾਈ ਹੋਈ ਆ ਇਹਨਾਂ ਨੇ ਪਿੰਡ ਲੈਵਲ ਦੇ ਸਾਰੇ ਟੂਰਨਾਮੈਂਟ ਜਿਹੜੇ ਆ ਉਹ ਇਹਨਾਂ ਨੇ ਜਨਾਬ ਖੇਡੇ ਆ ਤੇ ਹੁਣ ਜਨਾਬ ਅਗਲੀ ਗੱਲ ਅਸੀਂ ਤੁਹਾਡੇ ਨਾਲ ਕਰਾਂਗੇ ਮਲਕ ਅਵੈਸ ਦੇ ਨਾਲ ਤਾਨੂੰ ਮਿਲਾਨੇ ਆ ਉਹ ਵੀ ਯਾਰਾਂ ਦਾ ਯਾਰ ਆ ਇਹਨੇ ਇਹ ਗੂੜੇ ਯਾਰ ਆ ਤੇ ਉਹਦਾ ਇੰਟਰਵਿਊ ਵੀ ਲੈਣਾ ਬਹੁਤ ਜ਼ਰੂਰੀ ਆ ਅਗਲੀ ਗੱਲ ਹੁਣ ਇਹਨੇ ਦੁਬਾਰਾ ਫੇਰ ਪੁੱਛਾਂਗੇ ਕਿ ਇਹਨਾਂ ਦਾ ਉਸਤਾਦ ਕਿਹੜਾ ਵਾ ਤੇ ਇਹਨਾਂ ਦੇ ਨਾਲ ਉਹ ਜਨਾਬ ਕਿੰਨੀ ਤਿਆਰੀ ਕਰਾਉਂਦਾ ਰਿਹਾ ਵਾ ਹੁਣ ਤੱਕ ਤੇ ਇਹਨਾਂ ਨੇ ਕਿੰਨੀ ਤਿਆਰੀ ਕੀਤੀ ਆ ਤੇ ਉਹਨਾਂ ਨੂੰ ਪੁੱਛਦੇ ਆ ਇਹਨਾਂ ਦੇ ਉਸਤਾਦ ਦਾ ਨਾਮ ਤੇ ਇਹਨਾਂ ਦਾ ਸਪான்ਸਰ ਕਿਹੜਾ ਵਾ ਉਹ ਵੀ ਤੁਹਾਨੂੰ ਪੁੱਛਾਂਗੇ ਤੇ ਉਹ ਵੀ ਵੀਡੀਓ ਤੁਹਾਨੂੰ ਦੱਸਦੇ ਆ ਹਾਂਜੀ ਜਨਾਬ ਤੁਹਾਡਾ ਉਸਤਾਦ ਕੌਣ ਆ ਉਸਤਾਦ ਆਪਣਾ ਹੈਗਾ ਜੀ ਮਲਕ ਬਾਵਰ ਸੀਤਾ ਕਬੱਡੀ ਕਲੱਬ ਵਾਲਾ ਦੋਸਤ ਅੱਛਾ ਇਹ ਤੁਸੀਂ ਵੇਖੋ ਆਪ ਵੀ ਮਲਕ ਅੱਗੋ ਹਵੈਸ ਵੀ ਮਲਕ ਤੇ ਉਸਤਾਦ ਵੀ ਮਲਕ ਸਾਰੀ ਮਲਕਾਂ ਦੀ ਬਰਾਦਰੀ ਜਿਹੜੀ ਜੁੜੀ ਹੋਈ ਹਾਂਜੀ ਭਾਜੀ ਗਾਹ ਮੁੰਡੇ ਆ ਵੀ ਆਪਣੇ ਖੇਡਣ ਵਾਲੇ ਮਲਕ ਮੰਨੇ ਹੋਣੇ ਹੋਗੇ ਅਕਬ ਹੋਣੇ ਹੋਗੇ ਅਰਸਲਾਨ ਭੱਟੀ ਹੋਣੀ ਹੋਗੇ ਤੇ ਹੋਰ ਵੀ ਮੁੰਡੇ ਆ ਕਾਫੀ ਜਿਨ੍ਹਾਂ ਦਾ ਨਾਮ ਨਾ ਲੱਗਦਾ ਨਵੀਦ ਗੁਜਰ ਹੋਣੀ ਹੋਗੇ ਠੀਕ ਹੋ ਗਿਆ ਉਮਰ ਗੁਜਰ ਹੋਣੀ ਹੋਗੇ ਹੋਰ ਵੀ ਮੁੰਡੇ ਹੁੰਦੇ ਬੇਬਾਕ ਕਮਰ ਮੁੰਡਾ 205 ਮੋਲ ਵਾਲਾ ਤੋਂ ਉਹ ਵੀ ਵਧੀਆ ਉਹ ਵੀ ਆਪਣੇ ਜੀ ਖੇਡਦਾ ਸਾਰੇ ਮੁੰਡੇ ਵਧੀਆ ਭਾਜੀ ਖੇលਦੇ ਆ ਤੇ ਆਪਾਂ ਇਨਸ਼ਾਅੱਲਾ ਤਗੜੀ ਟੀਮ ਬਣਾਈ ਆ ਸਪான்ਸਰ ਆਪਣਾ ਹੈਗਾ ਵਾ ਮਾਨ ਵਾਲੇ ਤੋਂ ਮੀਆਂ ਨਈ ਮੰਝਮ ਆਪਣੀ ਫੁੱਲ سپورਟ ਆ ਉਹਨਾਂ ਨੂੰ ਤੇ ਉਹਨਾਂ ਨੇ ਆਪਾਂ ਨੂੰ ਸੋਨੇ ਦੀ ਚੈਨ ਦਾ ਵੀ ਸਨਮਾਨ ਕੀਤਾ ਸੀ ਠੀਕ ਆ ਪਿਛਲੇ ਸਾਲ ਤੇ ਰੱਬ ਉਹਨਾਂ ਨੂੰ ਲੰਮੀ ਜ਼ਿੰਦਗੀ ਦੇਵੇ ਸਾਨੂੰ ਜਿੱਥੇ ਕਿਤੇ ਵੀ ਹੋਵੇ سپورਟ ਕਰਦੇ ਆ ਕਬੱਡੀ ਨਾਲ ਸਾਨੂੰ ਹਰ ਤਾਮਨ ਜਸਾਨਾ ਤੁਰਦੇ ਆ ਜੀ ਬਹੁਤ ਚੰਗੀ ਗੱਲ ਹੈ ਜੀ ਇਹ ਜਿਹੜੇ ਪ੍ਰਮੋਟਰ ਹੁੰਦੇ ਆ ਉਹਨਾਂ ਦੀ ਵਜ੍ਹਾ ਤੋਂ ਹੀ ਕਬੱਡੀ ਜ਼ਿੰਦਾਬਾਹ ਔਰ ਕਬੱਡੀ ਇੱਥੇ ਤੱਕ ਪਹੁੰਚੀ ਆ ਇਹ ਗੱਲ ਇਸ ਗੱਲ ਤੇ ਕੋਈ ਦੋਹਰਾਇ ਨਹੀਂ ਹੈ ਠੀਕ ਹੈ ਤੇ ਇਹਦੇ ਕੋਲ ਇਹ ਵੀ ਪੁੱਛਦੇ ਆ ਕਿ ਗਰਾਊਂਡ ਦੇ ਵਿੱਚ ਤੁਹਾਡੇ ਮੁੰਡੇ ਕਿੰਨੇ ਆਂਦੇ ਆ ਤੇ ਕੀ ਹਿਸਾਬ ਕਿਤਾਬ ਆ ਹਾਂਜੀ ਗਰਾਊਂਡ ਤੁਹਾਡਾ ਕਿੱਥੇ ਆ ਤੇ ਮੁੰਡੇ ਕਿੰਨੇ ਆ ਗਰਾਊਂਡ ਆਪਣਾ ਹੈਗਾ ਭਾਜੀ 203 ਮੰਨਾਂ ਵਾਲੇ 4 ਵਾਲੇ ਪੁਲ ਦੇ ਉੱਤੇ ਆ ਤੇ ਮੁੰਡੇ ਆਪਣੇ ਕੋ ਹੁੰਦੇ ਭਾਜੀ ਕੋਈ ਲਾਲੋ ਕੋਈ 30 35 ਮੁੰਡੇ ਹੁੰਦੇ ਆ ਠੰਡ ਦਾ ਠੰਡ ਦਾ ਕਰਕੇ ਕੋਈ ਘਟ ਘਟ ਜਾਂਦੇ ਕੋਈ ਤਿਆਰੀ ਤੁਰੀ ਲਈਦੀ ਆ ਤੇ ਇਨਸ਼ਾਅੱਲਾ 1 ਮਹੀਨਾ ਠਹਿਰ ਕੇ ਅਗਲੇ ਮਹੀਨੇ ਹੋਰ ਮੁੰਡਿਆਂ ਦਾ ਅਜ਼ਾਫਾ ਹੋ ਜੂਗਾ ਮੀਂਹ ਦਾ ਕਿ ਵਧ ਜਾਣਗੇ ਕਿਉਂਕਿ ਠੰਡ ਸੁਣ ਹੁੰਦੀ ਮੁੰਡੇ ਫੇ ਘਟ ਹੁੰਦੇ ਹੁਣ ਵੀ ਮੈਚ ਤੋਂ ਆਏ ਸੀਗੇ ਕਿਉਂਕਿ ਮੈਚ ਠੰਡ ਬੜੀ ਆ ਰੱਬ ਨੇ ਜਿੱਤ ਦਿੱਤੀ ਆ ਦੋ ਮੈਚ ਖੇਲੇ ਜਿੱਤੂ ਹੋਏ ਅਸੀਂ ਉਹ ਵੀ ਸਮੁੰਦੀ ਗਏ ਜਿੱਤ ਕੇ ਆਏ ਆ ਰੱਬ ਨੇ ਖਦਾ ਕਰਾਇਆ ਦੇਖੋ ਜੀ ਇਹ ਖੁਰਾਕਾਂ ਖਾਂਦੇ ਆ ਤੇ ਫਿਰ ਇਹ ਜਨਾਬ ਆਪਣੀ ਮਿਹਨਤ ਕਰਦੇ ਆ ਤੇ ਫਿਰ ਇਸ ਲੈਵਲ ਤੱਕ ਪਹੁੰਚਦੇ ਆ ਕਿ ਇੰਨੀ ਠੰਡ ਚ ਵੀ ਇਹਨਾਂ ਨੂੰ ਇੰਨਾ ਸ਼ੌਕ ਆ ਕਬੱਡੀ ਦਾ ਕਿ ਇਹਨਾਂ ਨੂੰ ਕੋਈ ਠੰਡ ਦੀ ਪਰਵਾਹ ਨਹੀਂ ਇਹ ਜਨਾਬ ਕੱਪੜੇ ਜਿਹੜੇ ਆ ਉਹ ਲਾ ਕੇ ਕੱਚੇ ਪਾ ਕੇ ਫੁੱਲ ਸਰਦੀ ਚ ਵੀ ਲੱਗੇ ਹੁੰਦੇ ਆ ਠੀਕ ਆ ਤੇ ਹੁਣ ਅਗਲੀ ਗੱਲ ਅਸੀਂ ਕਰਾਂਗੇ ਮਲਕ ਮਲਕ ਅਵਾਸ ਨਾਲ ਉਹ ਵੇਖੋ ਜੀ ਮਿਹਨਤ ਫੁੱਲ ਕਰ ਰਿਹਾ ਵਾ ਆਉਣ ਵਾਲਾ ਕਬੱਡੀ ਦਾ ਯੰਗ ਸਟਾਰ ਕਬੱਡੀ ਪਲੇਅਰ ਤੇ ਹੁਣ ਜਨਾਬ ਤੁਹਾਡੀ ਉਹਨਾਂ ਨਾਲ ਗੱਲਬਾਤ ਕਰਾਵਾਂਗੇ ਇੱਧਰ ਆਓ ਜਰ ਅੱਲੈਕੁਮ ਅੱਜ ਅਸੀਂ ਜਨਾਬ ਦੋ ਕਬੱਡੀ ਦੇ ਯੰਗ ਸਟਾਰ ਆਉਣ ਵਾਲੇ ਵਕਤ ਦੇ ਨਾਲ ਜਨਾਬ ਉਹ ਉਹਨਾਂ ਦੇ ਨਾਲ ਜੁੜ ਚੁੱਕੇ ਆ ਤੇ ਉਹ ਤੁਹਾਨੂੰ ਦਿਖਾਵਾਂਗੇ ਕਿ ਕਿੰਨੀ ਮਿਹਨਤ ਕਰਦੇ ਆ ਫੁੱਲ ਸਰਦੀ ਉਹਦੇ ਵਿੱਚ ਧੁੰਦ ਹੋਵੇ ਜਿੰਨੀ ਮਰਜ਼ੀ ਸਰਦੀ ਹੋਵੇ ਉਹ ਜਨਾਬ ਫੁੱਲ ਆਪਣੀ ਤਿਆਰੀ ਕਰਦੇ ਆ ਔਰ ਮਿਹਨਤ ਕਰਦੇ ਆ ਤੇ ਉਹਨਾਂ ਨਾਲ ਤੁਹਾਡੀ ਮੁਲਾਕਾਤ ਕਰਾਨੇ ਆ ਇੱਕ ਜਨਾਬ ਮਲਕ ਹਵਾਇਸ ਆ ਤੇ ਇੱਕ ਆਦੀ ਮਲਕ ਅਬਾਸ ਠੀਕ ਹੈ ਤੇ ਉਹ ਕਮੈਂਟਰੀ ਵੀ ਕਰਦਾ ਉਹ ਆਲ ਆਂਡਰ ਆ ਜਿਹੜਾ ਮਲਕ ਅਬਾਸ ਆ ਤੇ ਜਿਹੜਾ ਮਲਕ ਵੈਸਾ ਉਹ ਦੂਸਰਾ ਹੈਗਾ ਉਹ ਕੱਲਾ ਹੀ ਆ ਠੀਕ ਆ ਜਾਫੀ ਤੇ ਇਹਨਾਂ ਦੋਵਾਂ ਦੀ ਤੁਹਾਡੇ ਨਾਲ ਅੱਜ ਗੱਲਬਾਤ ਕਰਾਵਾਂਗੇ ਤੇ ਦੇਖਦੇ ਆ ਇਹ ਆਉਣ ਵਾਲੇ ਵਕਤ ਦੇ ਵਿੱਚ ਕੀ ਕਰ ਸਕਦੇ ਆ ਔਰ ਕਿੰਨੀ ਤਿਆਰੀ ਲਾਂਦੇ ਆ ਅੱਜ ਇਹਨਾਂ ਕੋਲ ਇਹਨਾਂ ਦਾ ਇੰਟਰਵਿਊ ਲੈਨੇ ਆ ਇਹਨਾਂ ਦੀ ਜ਼ੁਬਾਨੀ ਹਾਂਜੀ ਅਸਲਾਮੁਅਲੈਕ ਵਾਅਲੈਕੁਮ ਸਲਾਮ ਹਾਂਜੀ ਮਲਕ ਸਾਹਿਬ ਤੁਸੀਂ ਇਹ ਦੱਸੋ ਤੁਹਾਨੂੰ ਕਬੱਡੀ ਦੇ ਵਿੱਚ ਕੀ ਕਿਦਾਂ ਸ਼ੌਕ ਪਿਆ ਕਬੱਡੀ ਚੋਂ ਦਾ ਪਾਜੀ ਸ਼ੌਕ ਆਪਾਂ ਨਾ ਨਿਕ ਨਿਕ ਨਹੀਂ ਤੇ ਖੇਲਦੇ ਹੁੰਨੇ ਸੀ ਆਪਣਾ ਸਭ ਤੋਂ ਪਹਿਲੇ ਤਾਂ ਡਾ ਹੁੰਦਾ ਸੀ ਫਰੂਟ ਵਾਲਾ ਦੁੱਸ ਚਾਰ ਵਾਲੇ ਪੁੱਲ ਤੇ ਉੱਥੇ ਰੇੜੀ ਰੋੜੀ ਲਾਈਦੀ ਸੀ ਤੇ ਲਾਗੇ ਮੰਨ ਵਾਲੇ ਗਰਾਊਂਡ ਸੀ ਤੇ ਉੱਥੇ ਨਾ ਫਿਰ ਖੇਡੀ ਖੁੱਡੀ ਦਾ ਸੀ ਅੱਛਾ ਤੇ ਉਹ ਆਸ-ਆਸ ਸਾਹ ਵਿਰਦੈ ਸ਼ੌਕ ਪੈ ਗਿਆ ਸੀ ਤੇ ਉੱਥੇ ਖੇលਦੇ ਨੇ ਆਪਾਂ ਤੇ ਫਿਰ ਆਪਾਂ ਆਸ-ਆਸ ਦਾ ਉਸਤਾਦ ਫੜ ਲਿਆ ਆਪਣਾ ਉਸਤਾਦ ਮਲਕ ਬਾਵਰ 203 ਮੰਨ ਵਾਲੇ ਦਾ ਚੀਤਾ ਕਬੱਡੀ ਕਲੱਬ ਸਹੀ ਆਪਾਂ ਫਿਰ ਉਸਤਾਦ ਫੜ ਲਿਆ ਫਿਰ ਉਸ ਕਲੱਬ ਨਾਲ ਜੁੜ ਅੱਛਾ ਤੇ ਮੈਨੂੰ ਇਹ ਦੱਸੋ ਤੁਸੀਂ ਤਿਆਰੀ ਜਿਹੜੀ ਲਾਂਦੇ ਹੋ ਉਹ ਕਿਹੜੇ ਟਾਈਮ ਲਾਂਦੇ ਹੋ ਸਵੇਰ ਟਾਈਮ ਸ਼ਾਮ ਟਾਈਮ ਕਿੰਨੇ ਘੰਟੇ ਲਾਂਦੇ ਹੋ ਤੇ ਉਸ ਦੇ ਨਾਲ ਖੁਰਾਕ ਕੀ ਖਾਂਦੇ ਹੋ ਤਿਆਰੀ ਭਾਜੀ ਸਵੇਰ ਹਾਲ ਦੇ ਵਿੱਚ ਸਵੇਰ ਟਾਈਮ ਲਾਈਦੀ ਅਸੀਂ ਕੋਈ ਘੰਟਾ ਲਾ ਲਈਦੀ ਸ਼ਾਮ ਟਾਈਮ ਨਹੀਂ ਤਿਆਰੀ ਲਾਈਦੀ ਕਿਉਂਕਿ ਠੰਡ ਹੁੰਦੀ ਆ ਕੋਈ ਸਵੇਰ ਟਾਈਮ ਲਾ ਲਈਦੀ ਤੇ ਮੈਚ ਮੂੰਹ ਸਾਡੇ ਫੇਲ ਹੁੰਦੇ ਆ ਘੱਟ ਵੱਧ ਹੀ ਖੇਲੀ ਦਾ ਠੰਡ ਸੁੰਡਾ ਡਾਈਟ ਇਹ ਆ ਫਰੂਟ ਵਗੈਰਾ ਵਾ ਹੋਰ ਅਸੀਂ ਕਿਤੇ ਮਟਨ ਲੱਭ ਜੀ ਉਹ ਕਿਤੇ ਖਾ ਖੁਰੀ ਦਾ ਮਾੜੇ ਬੰਦੇ ਦੀ ਖਰਾਕ ਇਹ ਹੀ ਹੁੰਦੀ ਆ ਇਹ ਤਗੜਾ ਬੰਦਾ ਕੀ ਕਰ ਸਕਦਾ ਅੱਛਾ ਇੱਕ ਮੈਂ ਗੱਲ ਹੋਰ ਤੁਹਾਡੇ ਨਾਲ ਬੜੀ ਜ਼ਰੂਰੀ ਇਹਨਾਂ ਕੋਲ ਵੀ ਪੁੱਛਾਂਗਾ ਤੇ ਮੈਂ ਵੀ ਇਹਨਾਂ ਨਾਲ ਕਰਨੀ ਸੀ ਵੀ ਜਿਹੜੇ ਆ ਪਲੇਅਰ ਜਨਾਬ ਟੀਕੇ ਲਾਉਂਦੇ ਆ ਤੇ ਸਟਰੀਟ ਰਾਈਟ ਦਾ ਇਸਤੇਮਾਲ ਕਰਦੇ ਆ ਉਹਨਾਂ ਨੂੰ ਇਹ ਕਰਨਾ ਚਾਹੀਦਾ ਵਾ ਕਿ ਨਹੀਂ ਕਰਨਾ ਚਾਹੀਦਾ ਇਹ ਵੀ ਤੁਸੀਂ ਮੈਨੂੰ ਜ਼ਰੂਰ ਦੱਸਣਾ ਭਾਜੀ ਵੇਖੋ ਇੱਕ ਇਨਸਾਨ ਜਿਹੜਾ ਆਪਣੀ ਮਿਹਨਤ ਕਰਦਾ ਵਾ ਉਹ ਆਪਣੀ ਮਿਹਨਤ ਦਾ ਫਲ ਲੈ ਜਾਂਦਾ ਜਿਹੜਾ ਬੰਦਾ ਟੀਕੇ ਲਾਊਗਾ ਚਾਰ ਦਿਨਾਂ ਦਾ ਪਲੇਅਰ ਆ ਚਾਰ ਦਿਨ ਖੇਡੂਗਾ ਖੇਡ ਕੇ ਉਹ ਫਰਕ ਹੋ ਜਾਊਗਾ ਮੈਂ ਤੇ ਇੱਕ ਗੱਲ ਜਾਣਨਾ ਭਾਜੀ ਜਿਹੜਾ ਬੰਦਾ ਦੇਸੀ ਖਾਣਾ ਖਾਊਗਾ ਨਾ ਉਹ ਲੰਮੀ ਧੀਰ ਚੱਲੂਗਾ ਜਿਹੜਾ ਬੰਦਾ ਨਹੀਂ ਦੇਸੀ ਖਾਣਾ ਖਾਊਗਾ ਉਹ ਟੀਕੇ ਲਾਊਗਾ ਚਾਰ ਦਿਨਾਂ ਦਾ ਸਟਾਰ ਹੋਊਗਾ ਅਗਲੇ ਉਹਨਾਂ ਦੇ ਜਿਹੜੇ ਦਿਨ ਆਉਣਗੇ ਉਹ ਉਹਦੇ ਕਮਜ਼ੋਰੀ ਦੇ ਆਉਣਗੇ ਤੇ ਉਹ ਬਿਹਤਰੀ ਇਹ ਹੈ ਕਿ ਦੇਸੀ ਖਰਾਕ ਆਵੇ ਆਪਣੇ ਆਪ ਨੂੰ ਪਾਵਰ ਦੇ ਰੱਖੇ ਮਜ਼ਬੂਤੀ ਦੇ ਰੱਖੇ ਫਿਰ ਬੰਦੇ ਨੂੰ ਹੋਰ ਫਾਇਦਾ ਮਿਲਦਾ ਕਿ ਯਾਰ ਮੈਂ ਮਜ਼ਬੂਤੀ ਜਾਂ ਮੈਂ ਟੀਕੇ ਲਾਉਂਗਾ ਕੱਲ ਨੂੰ ਮੈਂ ਸਟਾਰ ਆ ਮੈਂ ਪਰਸਨ ਬੇਕਾਰ ਆ ਮੈਂ ਇਨਸ਼ਾਅੱਲਾ ਆਉਣ ਵਾਲੇ ਵਕਤ ਮੈਂ ਗਾਵੇਂ ਮੁੰਡਿਆਂ ਨੂੰ ਮੈਸੇਜ ਦੇਣਾ ਚਾਹੁੰਨਾ ਵਾ ਸਟੀਰਾਈ ਨਾ ਯੂਜ਼ ਕਰੋ ਔਰ ਦੇਸੀ ਖਰਾਕ ਯੂਜ਼ ਕਰੋ ਤੁਹਾਡੇ ਪਿੰਡੇ ਨੂੰ ਲੱਗੇ ਤੁਹਾਡੇ ਸਰੀਰ ਨੂੰ ਲੱਗੇ ਤੇ ਇਨਸ਼ਾਅੱਲਾ ਆਉਣ ਵਾਲੇ ਵਕਤ ਤੁਸੀਂ ਸਟਾਰ ਹੋਗੇ ਹਾਂਜੀ ਜਿਸ ਤਰ੍ਹਾਂ ਤੁਸੀਂ ਵੇਖਿਆ ਕਿ ਇਹ ਮਲਕ ਜਨਾਬ ਅਬਾਸ ਆ ਤੇ ਇਹ ਨਾ ਵੈਸੇ ਤੇ ਗੇਮ ਦੇ ਵਿੱਚ ਜਾਫੀ ਆ ਤੇ ਅੱਜ ਇਹਨਾਂ ਕੋਲ ਇਹ ਵੀ ਪੁੱਛਨੇ ਆ ਕਿ ਤੁਹਾਨੂੰ ਕਮੈਂਟਰੀ ਦਾ ਸ਼ੌਕ ਕਿਵੇਂ ਪਿਆ ਕਬੱਡੀ ਦੀ ਕਮੈਂਟਰੀ ਵੀ ਕਰਦੇ ਆ ਉਹਦਾ ਸ਼ੌਕ ਕਿਵੇਂ ਪਿਆ ਕਮੈਂਟਰੀ ਦਾ ਸ਼ੌਕ ਭਾਜੀ ਆਪਣੇ ਨਾ ਦੁੱਸ ਤਿੰਨ ਮੰਨ ਵਾਲੇ ਨਾ ਮੈਚ ਹੁੰਦਿਆ ਸੀ ਤੇ ਗਰਾਊਂਡ ਦੇ ਵਿੱਚ ਨਾ ਸਪੀਕਰ ਸਪੀਕਰ ਲਾਇਆ ਸੀ ਤੇ ਕਮੈਂਡਟਰ ਨੂੰ ਆਖਿਆ ਸੀ ਤੇ ਉਹ ਆਇਆ ਨਹੀਂ ਤੇ ਉਹ ਨਾ ਫਿਰ ਆਇਆ ਨਹੀਂ ਭਾਜੀ ਤੇ ਉਹ ਤਾਂ ਕਰਕੇ ਨਾ ਉਹਨਾਂ ਨੇ ਮੈਨੂੰ ਕਿਹਾ ਯਾਰ ਤੂੰ ਮੈਚ ਨਾ ਫੜ ਲਾ ਵਿੱਚ ਮੁੰਡਿਆਂ ਦੀ ਬੋਲੀ ਜਾ ਤੇ ਮੈਂ ਨਾ ਫਿਰ ਬੋਲਣ ਲੱਪਿਆ ਭਾਜੀ ਆਸ ਆਸਾ ਤੇ ਫਿਰ ਮੈਨੂੰ ਕਮੈਂਟਰੀ ਦਾ ਸ਼ੌਕ ਪੈ ਗਿਆ ਹੁਣ ਅੱਲਾ ਖੈਰ ਕਰੇ ਰੱਬ ਸੁਖ ਰੱਖੇ ਹੁਣ ਲਾਗੇ ਛਾਗੇ ਭਾਜੀ ਕਮੈਂਟਰੀ ਕਰੀਦੀ ਵਧੀਆ ਕਰੀਦੀ ਆ ਇਨਸ਼ਾਅੱਲਾ ਇਦਾਂ ਹੀ ਮੈਂ ਮੈਚ ਨਾਲ ਜੁੜਦੇ ਰਹਿੰਦੇ ਇਨਸ਼ਾਅੱਲਾ ਗਾ ਵੀ ਤੁਹਾਨੂੰ ਚੰਗੇ ਮੈਚ ਲੱਭਣਗੇ ਔਰ ਅਸੀਂ ਇਨਸ਼ਾਅੱਲਾ ਸਾਥ ਵੀ ਫੜਾਂਗੇ ਆਪਣਾ ਤੇ ਫਿਰ ਲੰਮੀ ਤਰੱਕੀ ਜਾਵਾਂਗੇ ਠੀਕ ਹੈ ਜਨਾਬ ਇਹ ਮਲਕ ਕਵਾਇਸੀ ਅਗਰ ਤੁਸੀਂ ਇਹਨਾਂ ਨੂੰ ਕਮੈਂਟਰੀ ਤੇ ਬੁਲਾਣਾ ਹੋਵੇ ਤੁਸੀਂ ਬੁਲਾ ਸਕਦੇ ਹੋ ਮੈਂ ਇਹਨਾਂ ਦਾ ਨੰਬਰ ਜਿਹੜਾ ਉਹ ਬਾਇਓ ਵਿੱਚ ਜਾਂ ਵੀਡੀਓ ਚ ਲਾ ਦਾਂਗਾ ਤੁਹਾਨੂੰ ਮੈਂਸ਼ਨ ਕਰ ਦਾਂਗਾ ਤੁਸੀਂ ਲੈ ਕੇ ਇਹਨਾਂ ਨਾਲ ਰਾਬਤਾ ਕਰ ਸਕਦੇ ਹੋ ਤੇ ਹੁਣ ਜਨਾਬ ਅਗਲੀ ਗੱਲ ਅਸੀਂ ਕਰਾਂਗੇ ਮਲਕ